ਆਪਾਂ ਦੇਖੀਏ ਵੀ ਸਾਡੇ ਬੈਂਕ ਭਰ ਜਾਣ ਸਾਨੂੰ 3-3 ਲੱਖ ਰੁਪਏ ਮਹੀਨਾ ਆ ਜਾਵੇ ਅਗਰ ਤੁਸੀਂ ਗੁਜ਼ਾਰਾ ਕਰਨਾ ਤੇ 60-65 ਹਜ਼ਾਰ ਰੁਪਏ ਜੋ ਪੈਨਸ਼ਨ ਆਣੀ ਉਹ ਵੀ ਉਹਦਾ ਵੀ ਤੁਹਾਡਾ ਸਭ ਕੁਝ ਖਰਚਾ ਚੱਲ ਜਾਵੇ ਇੱਕ ਸਵਾਲ ਇਹ ਹੈਗਾ ਕਿ ਇੱਕ ਵਿਧਾਇਕ ਇੱਕ ਪੈਨਸ਼ਨ ਤਾਂ ਹੋਊਗੀ ਜਿਹੜੇ ਹੁਣ ਪਿਛਲੇ 2004 ਤੋਂ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਬੰਦ ਨੇ ਉਹਨਾਂ ਦੀ ਪੈਨਸ਼ਨ ਵੀ ਲਾਗੂ ਹੋ ਸਕਦੀ ਦੇਖੋ ਸਰਕਾਰ ਨੇ ਆਪਣੇ ਖਜ਼ਾਨੇ ਦੇ ਮੁਤਾਬਿਕ ਸਾਰੀਆਂ ਚੀਜ਼ਾਂ ਦੇਖਣੀਆਂ ਹੁੰਦੀਆਂ ਕਿਉਂਕਿ ਸਰਕਾਰ ਨੂੰ ਤਾਂ ਪਿਛਲੇ ਸਰਕਾਰਾਂ ਤੋਂ ਕੁੱਲ ਤਕਰੀਬਨ 3.25 ਲੱਖ ਕਰੋੜ ਦਾ ਕਰਜ਼ਾ ਮਿਲਿਆ ਕਹਿੰਦਾ ਵੀ ਹਨੀਮੂਨ ਪੀਰੀਅਡ ਖਤਮ ਹੋ ਗਿਆ ਸਰਕਾਰ ਨਹੀਂ ਹਨੀਮੂਨ ਪੀਰੀਅਡ ਸਰਕਾਰ ਨੇ ਨਹੀਂ ਮਨਾਇਆ ਇਹ ਹਨੀਮੂਨ ਵਾਲੇ 4.5 ਸਾਲ ਹਨੀਮੂਨ ਮਨਾਉਂਦੇ ਸੀ ਭਾਈ ਸਾਹਿਬ ਸੋ ਇੱਦਾਂ ਹੀ ਜਿਹੜੀਆਂ ਕੈਮੀਕਲ ਵਾਲੀਆਂ ਫੈਕਟਰੀਆਂ ਸਿੱਟ ਰਹੀਆਂ ਇਹਨਾਂ ਨੂੰ ਸਰਕਾਰ ਰੋਕੇਗੀ ਔਰ ਜ਼ਰੂਰ ਰੋਕੇਗੀ ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਮੈਂ ਹਾਂ ਜਗਜੀਤ ਸਿੰਘ ਪੰਜੋਲੀ ਆਮ ਆਦਮੀ ਪਾਰਟੀ ਬਹੁਤ ਵੱਡੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀ ਤੇ ਲੋਕਾਂ ਨੇ ਉਸੇ ਤਰ੍ਹਾਂ ਦਾ ਮੈਂਡੇਟ ਜਿਹੜਾ ਆਮ ਆਦਮੀ ਪਾਰਟੀ ਨੂੰ ਦਿੱਤਾ ਜਿਸ ਤਰ੍ਹਾਂ ਦੇ ਵਾਅਦੇ ਜਿਹੜੇ ਨੇ ਲੋਕਾਂ ਨਾਲ ਕੀਤੇ ਗਏ ਸੀ ਆਮ ਆਦਮੀ ਪਾਰਟੀ ਨੇ ਇੱਕ ਵੱਡਾ ਵਾਅਦਾ ਇਹ ਕੀਤਾ ਸੀ ਕਿ ਇੱਕ ਵਿਧਾਇਕ ਇੱਕ ਪੈਨਸ਼ਨ ਦਾ ਰੂਲ ਅਸੀਂ ਨਿਯਮ ਲੈ ਕੇ ਆਵਾਂਗੇ ਤੇ ਇੱਕ ਵਿਧਾਇਕ ਨੂੰ ਇੱਕ ਹੀ ਪੈਨਸ਼ਨ ਮਿਲੂਗੀ ਸੋ ਮੇਰਾ ਖਿਆਲ ਹੈ ਪਹਿਲੀ ਜਾਂ ਦੂਜੀ ਕੈਬਨਿਟ ਦੇ ਵਿੱਚ ਉਹਨਾਂ ਨੇ ਜਿਹੜਾ ਇਹ ਮਤਾ ਪਾਸ ਕਰ ਦਿੱਤਾ ਸੀ ਮਤਾ ਪਾਸ ਕਰਕੇ ਗਵਰਨਰ ਪੰਜਾਬ ਨੂੰ ਭੇਜ ਦਿੱਤਾ ਸੀਗਾ ਕਿ ਇੱਕ ਵਿਧਾਇਕ ਇੱਕ ਪੈਨਸ਼ਨ ਹੋਣੀ ਚਾਹੀਦੀ ਹੈ ਸੋ ਅੱਜ ਪੰਜਾਬ ਦੇ ਗਵਰਨਰ ਵੱਲੋਂ ਜਿਹੜਾ ਇਸ ਗੱਲ 'ਤੇ ਮੋਹਰ ਲਾ ਦਿੱਤੀ ਗਈ ਹੈ ਕਿ ਇੱਕ ਵਿਧਾਇਕ ਨੂੰ ਇੱਕ ਹੀ ਪੈਨਸ਼ਨ ਮਿਲੂਗੀ ਇਸ ਬਾਬਤ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਮੌਜੂਦ ਨੇ ਗੱਲਬਾਤ ਕਰਦੇ ਹਾਂ ਜਿੰਪਾ ਜੀ ਗਲੋਬਲ ਪੰਜਾਬ ਟੀਵੀ 'ਤੇ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਹੈ ਗਲੋਬਲ ਪੰਜਾਬ ਦਾ ਔਰ ਇੱਕ ਵਿਧਾਇਕ ਇੱਕ ਪੈਨਸ਼ਨ ਤੁਸੀਂ ਵਿਧਾਇਕ 7 ਵਾਰੀ ਵੀ ਬਣ ਗਏ ਲੋਕ 5-5, 6-6 ਵਾਰੀ ਬਣੇ ਪੈਨਸ਼ਨ ਵੀ 6-7 ਵਾਰੀ ਲਈ ਜਾਂਦੇ ਸੀ ਸੋ ਪਬਲਿਕ ਦਾ ਪੈਸਾ ਸੀ ਪਬਲਿਕ ਹਿੱਤ ਵਿੱਚ ਖਰਚ ਕਰਨਾ ਚਾਹੀਦਾ ਇਹ ਸਿਰਫ ਆਮ ਆਦਮੀ ਪਾਰਟੀ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇਸ ਗੱਲ ਨੂੰ ਸਮਝਿਆ ਔਰ ਬੜੀ ਮੈਂ ਕਹਿ ਸਕਦਾ ਬੜੀ ਲੰਬੀ ਸੋਚ ਦੇ ਨਾਲ ਤਾਂ ਕਿ ਉਹ ਪੈਸਾ ਜਿਹੜਾ ਹੈ ਲੋਕ ਹਿੱਤ ਵਿੱਚ ਲਗਾਇਆ ਜਾਵੇ ਦੁਆਰਾ ਔਰ ਮੇਰੇ ਜਿੱਦਾਂ ਆਪਾਂ ਗੱਲ ਕੀਤੀ ਹੈ ਤਕਰੀਬਨ ਸਰਕਾਰ ਜਿਹੜੇ 'ਚ 100 ਕਰੋੜ ਰੁਪਈਆ ਬਚਾਊਗੀ ਅਤੇ ਉਹ ਲੋਕਾਂ ਦੇ ਉੱਤੇ ਦੁਆਰਾ ਖਰਚ ਹੋਊ 100 ਕਰੋੜ ਜਿਹੜਾ 5 ਸਾਲਾਂ 'ਚ ਬਚਾ ਲਓ 100 ਕਰੋੜ 5 ਸਾਲ 'ਚ ਬਚੇਗਾ ਸੋ ਜਿਹੜਾ ਇਹ ਫੈਸਲਾ ਲੈ ਕੇ ਆਉਂਦਾ ਅਤੇ ਇਹਦੇ ਨਾਲ ਜਿਹੜੇ ਕਿਤੇ ਨਾ ਕਿਤੇ ਵਿਰੋਧੀ ਜਿਹੜੇ ਸੀਗੇ ਉਹ ਵਿਰੋਧ ਕਰਦੇ ਵੀ ਨਜ਼ਰ ਆਏ ਦੇਖੋ ਮੈਂ ਵਿਰੋਧੀਆਂ ਨੂੰ ਗੱਲ ਕਹਿਣੀ ਚਾਹੁੰਦਾ ਬਈ ਆਪਾਂ ਜਦੋਂ ਖਾਸ ਤੌਰ 'ਤੇ ਰਾਜਨੀਤੀ ਵਿੱਚ ਸੇਵਾ ਦੇ ਮਸਲੇ ਨਾਲ ਆਉਂਦੇ ਹਾਂ ਲੋਕ ਵੀ ਸਾਡੇ ਕੋਈ ਐਕਸਪੈਕਟ ਕਰਦੇ ਆ ਵੀ ਇਹ ਬੰਦਾ ਰਾਜਨੀਤੀ ਵਿੱਚ ਗਿਆ ਔਰ ਉਹ ਉਹਨਾਂ ਦੇ ਲੋਕਾਂ ਦੇ ਹਿੱਤਾਂ ਨੂੰ ਹੀ ਅਸੀਂ ਕੰਮ ਕਰਦੇ ਹਾਂ ਅਤੇ ਇਹਦੇ ਵਿੱਚ ਸਾਡਾ ਆਪਣਾ ਸਾਡੀ ਪੋਕਟ ਮਨੀ ਆਪਾਂ ਦੇਖੀਏ ਵੀ ਸਾਡੇ ਬੈਂਕ ਭਰ ਜਾਣ ਸਾਨੂੰ 3-3 ਲੱਖ ਰੁਪਏ ਮਹੀਨਾ ਆ ਜਾਵੇ ਅਗਰ ਤੁਸੀਂ ਗੁਜ਼ਾਰਾ ਕਰਨਾ ਤਾਂ 60-65 ਹਜ਼ਾਰ ਰੁਪਏ ਜੋ ਪੈਨਸ਼ਨ ਆਉਣੀ ਉਹ ਵੀ ਉਹਦਾ ਵੀ ਤੁਹਾਡਾ ਸਭ ਕੁਝ ਖਰਚਾ ਚੱਲ ਜਾਂਦਾ ਇੱਕ ਸਵਾਲ ਇਹ ਹੈਗਾ ਕਿ ਇੱਕ ਵਿਧਾਇਕ ਇੱਕ ਪੈਨਸ਼ਨ ਤਾਂ ਹੋਊਗੀ ਜਿਹੜੇ ਹੁਣ ਪਿਛਲੇ 2004 ਤੋਂ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਬੰਦ ਨੇ ਉਹਨਾਂ ਦੀ ਪੈਨਸ਼ਨ ਵੀ ਲਾਗੂ ਹੋ ਸਕਦੀ ਦੇਖੋ ਸਰਕਾਰ ਨੇ ਆਪਣੇ ਖਜ਼ਾਨੇ ਦੇ ਮੁਤਾਬਿਕ ਸਾਰੀਆਂ ਚੀਜ਼ਾਂ ਦੇਖਣੀਆਂ ਹੁੰਦੀਆਂ ਕਿਉਂਕਿ ਸਰਕਾਰ ਨੂੰ ਤਾਂ ਪਿਛਲੇ ਸਰਕਾਰਾਂ ਤੋਂ ਕੁੱਲ ਤਕਰੀਬਨ 3.25 ਲੱਖ ਕਰੋੜ ਦਾ ਕਰਜ਼ਾ ਮਿਲਿਆ ਅਤੇ ਉਹਦੇ ਵਿਆਜ ਵਿਊਜ ਵੀ ਦੇਣੇ ਹੁੰਦੇ ਆ ਅਤੇ ਇਹ ਮੁਲਾਜ਼ਮਾਂ ਨੂੰ ਤਾਂ ਸਾਰੀਆਂ ਜਥੇਬੰਦੀਆਂ ਨੂੰ ਵੀ ਚਾਹੀਦਾ ਪਹਿਲਾਂ ਸਰਕਾਰ ਆਈ ਅੱਜ 4ਵਾਂ ਮਹੀਨਾ ਸਰਕਾਰ ਦਾ ਕੰਪਲੀਟ ਹੋਇਆ ਸਹੀ ਮਹੀਨਿਆਂ ਦੇ ਵਿੱਚ ਅਤੇ ਉਹਨੂੰ ਸਰਕਾਰ ਨੂੰ ਦੇਖਣਾ ਪੈਣਾ ਸਾਡੇ ਕੋਲ ਕਿੰਨੀ ਕੁ ਮੱਦ ਹੈਗੀ ਆ ਕਹਿ ਸਕਦੇ ਵੀ ਹਨੀਮੂਨ ਪੀਰੀਅਡ ਖਤਮ ਹੋ ਗਿਆ ਸਰਕਾਰ ਨਹੀਂ ਹਨੀਮੂਨ ਪੀਰੀਅਡ ਸਰਕਾਰ ਨੇ ਨਹੀਂ ਮਨਾਇਆ ਬਿਲਕੁਲ ਇੱਕੋ ਹੀ ਸਰਕਾਰ ਹੈ ਜਿਹਨੇ ਵੈਰੀ ਫਸਟ ਡੇ ਤੋਂ ਕੰਮ ਚਾਲੂ ਕੀਤਾ ਇਹ ਹਨੀਮੂਨ ਵਾਲੇ 4.5 ਸਾਲ ਹਨੀਮੂਨ ਮਨਾਉਂਦੇ ਸੀ ਭਾਈ ਸਾਹਿਬ ਇਹ ਪਹਿਲੀ ਸਰਕਾਰ ਹੈ ਵੈਰੀ ਫਸਟ ਡੇ ਤੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਉਹਨਾਂ ਦੇ ਜਿੰਨੇ ਵੀ ਸਾਥੀ ਆਮ ਆਦਮੀ ਪਾਰਟੀ ਦੇ ਨਾਲ ਜਿੰਨੇ ਵਿਧਾਇਕ ਹੈ ਲਗਾਤਾਰ ਕੰਮ ਕਰ ਰਹੇ ਆਜ਼ਾਦੀ ਦੇ 75 ਸਾਲ ਪੂਰੇ ਹੋਣ ਵਾਲੇ ਆ ਅਤੇ 75 ਮੁਹੱਲਾ ਕਲੀਨਿਕ ਜਿਹੜੇ ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਖੋਲ੍ਹੇ ਜਾ ਰਹੇ ਬਹੁਤ ਵੱਡੀ ਚੀਜ਼ ਹੈ ਦੇਖੋ ਪਾਰਟੀ ਨੇ ਆਪਣੇ ਕਹੇ ਵਾਅਦੇ ਹਰੇ ਪਹਿਨਾ ਪਹਿਲਾ ਫੈਸਲਾ 26-27 ਹਜ਼ਾਰ ਨੌਕਰੀਆਂ ਦਾ ਫੈਸਲਾ ਪਹਿਲੀ ਕੈਬਨਿਟ ਦਾ ਬਿਜਲੀ ਦਾ 600 ਯੂਨਿਟ ਮਾਫ਼ ਦਾ ਪ੍ਰੋਮਿਸ ਪੂਰਾ ਕੀਤਾ 1 ਵਿਧਾਇਕ 1 ਪੈਨਸ਼ਨ ਦਾ ਕਦੀ ਕਦੇ ਸੋਚਿਆ ਹੁਣ ਕਿਹੜੇ ਸਾਡੇ ਸਿਰ 'ਤੇ ਇਲੈਕਸ਼ਨ ਖੜ੍ਹੇ ਸੀਗੇ ਮੇਰੀ ਗੱਲ ਸਮਝੋ ਸੋ ਇਹ ਇੱਕ ਸਰਕਾਰ ਦੀ ਨੀਅਤ ਦਾ ਪ੍ਰਸ਼ਨ ਸੀ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਉਹਨਾਂ ਦੀ ਨੀਅਤ ਦਾ ਪ੍ਰਸ਼ਨ ਸੀ ਵੀ ਉਹ ਕੀ ਕਰਨਾ ਚਾਹੁੰਦੇ ਪਬਲਿਕ ਲਈ ਪਬਲਿਕ ਹਿੱਤ 'ਚ ਕੀ ਕਰਨਾ ਚਾਹੁੰਦੇ ਐਡੇ ਵੱਡੇ ਮਾਰਕੇ ਆ ਇੱਦਾਂ ਹੀ ਜਿਹੜੇ 75ਵੇਂ ਸੁਤੰਤਰਤਾ ਦਿਵਸ 'ਤੇ 75 ਮੁਹੱਲਾ ਕਲੀਨਿਕ ਜਿਹੜੇ ਪਬਲਿਕ ਨੂੰ ਸਮਰਪਿਤ ਕੀਤੇ ਜਾ ਰਹੇ ਆ ਉਹ ਲੋਕਾਂ ਨੂੰ ਤਾਂ ਕਿ ਨਜ਼ਦੀਕ ਇਲਾਜ ਮਿਲੇ
ਹਸਪੀਟਲਾਂ ਦੇ ਉੱਤੇ ਜਿਹੜਾ ਵੇਜ ਵਧਾ ਬੋਝ ਸੀਗਾ ਉਹ ਘਟੇ। ਤੁਸੀਂ ਦੇਖਿਓ ਇਸ ਚੀਜ਼ ਨਾਲ, ਤੁਸੀਂ ਦੇਖੋਗੇ ਹਸਪੀਟਲਾਂ ਨੂੰ ਰਾਹਤ ਮਿਲਣੀ ਹੈ, ਕਿਉਂਕਿ ਬਹੁਤ ਸਾਰੇ ਲੋਕ ਤਾਂ ਛੋਟੀਆਂ ਬਿਮਾਰੀਆਂ ਲਈ ਜਿਹੜੇ ਮੁਹੱਲਾ ਕਲੀਨਿਕ ਦੇ ਵਿੱਚ ਆਮ ਆਦਮੀ ਕਲੀਨਿਕ ਦੇ ਵਿੱਚ ਮਿਲ ਜਾਣੇ ਆ, ਉਹ ਲੋਕ ਉੱਥੇ ਜਾਂਦੇ ਸੀ ਹਸਪੀਟਲ ਔਰ ਤੁਹਾਡੇ ਨਜ਼ਦੀਕ ਮਿਲਣੇ ਆ। ਅਗਲੇ ਦਾ ਗਰੀਬ ਆਦਮੀ ਦਾ ਕਿਰਾਇਆ ਬਚਣਾ, ਆਉਣ ਜਾਣ ਦਾ ਪੈਸੇ ਬਚਣੇ ਆ, ਦਵਾਈ ਮਿਲਣੀ ਹੈ, ਟੈਸਟ ਹੋਣੇ। ਇਹ ਤਾਂ ਜਿਹੜਾ ਇੱਕ ਲੋਕ ਹਿੱਤ ਵਾਲਾ ਮੁੱਖ ਮੰਤਰੀ ਹੈ, ਭਗਵੰਤ ਮਾਨ ਵਰਗਾ ਮੁੱਖ ਮੰਤਰੀ, ਮੈਂ ਕਹਿ ਸਕਦਾ ਸਰਦਾਰ ਭਗਵੰਤ ਮਾਨ ਜੀ ਵਰਗਾ ਮੁੱਖ ਮੰਤਰੀ ਸੋਚ ਸਕਦਾ। ਸੋ ਇਹ ਸਮਰਪਿਤ ਆ ਜਨਤਾ ਨੂੰ। ਹੁਣ ਤੁਹਾਡੇ ਵਿਭਾਗ ਦੀ ਗੱਲ ਕਰਦੇ ਹਾਂ ਵੀ ਜਿਹੜਾ ਤੁਸੀਂ ਅਹੁਦਾ ਸੰਭਾਲਿਆ, ਅਹੁਦਾ ਸੰਭਾਲਣ ਤੋਂ ਪਹਿਲਾਂ ਉਹਦੀ ਸਥਿਤੀ ਕੀ ਸੀ? ਹੁਣ ਜਲ ਸਰੋਤ ਵਿਭਾਗ ਦੀ ਜਿਹੜੀ ਹੈ ਉਹ ਸਥਿਤੀ ਕਿੱਥੇ ਖੜੀ? ਦੇਖੋ ਜਲ ਸਰੋਤ ਜਿਹੜਾ ਹੈਗਾ, ਜਲ ਸਰੋਤ ਔਰ ਜਲ ਸਪਲਾਈ, ਪਹਿਲਾਂ ਮੇਰੇ ਕੋਲ ਜਲ ਸਰੋਤ ਸੀਗਾ ਔਰ ਜਲ ਸਰੋਤ ਦੇ ਵਿੱਚ ਬੜੇ ਵੱਡੇ ਕੰਮ ਕਰਨ ਵਾਲੇ ਸੀ, ਪਰ ਹੁਣ ਮੇਰੇ ਕੋਲ ਜਲ ਸਰੋਤ ਨਹੀਂ, ਜਲ ਸਪਲਾਈ ਹੈਗਾ। ਜਲ ਸਪਲਾਈ ਦੇ ਵਿੱਚ ਅਸੀਂ ਚਾਹੁੰਦੇ ਲੋਕਾਂ ਨੂੰ ਪੀਣ ਵਾਲਾ ਇੱਕ ਅੱਛੀ ਕੁਆਲਿਟੀ ਦਾ ਪਾਣੀ ਹਰੇਕ ਗਰੀਬ ਅਮੀਰ ਨੂੰ ਮਿਲੇ, ਕਿਉਂਕਿ ਅਸੀਂ ਪਾਣੀ ਹਰੇਕ ਆਦਮੀ ਨੇ ਪੀਣਾ। ਆਪਾਂ ਖਾਣਾ ਘੱਟ ਖਾ ਲਈਏ ਜ਼ਿਆਦਾ ਖਾ ਲਈਏ, ਲੇਕਿਨ ਪਾਣੀ ਅਸੀਂ ਜਿੰਨਾ ਸਾਨੂੰ ਸਾਡੀ ਰਿਕੁਆਇਰਡ ਹੈ ਉਹ ਸਾਨੂੰ ਪੀਣਾ। ਔਰ ਉਹਦੀ ਕਿਆ ਪਾਣੀ ਸਿਹਤਮੰਦ ਹੈ, ਇਹ ਬੜਾ ਇੱਕ ਵੱਡਾ ਪ੍ਰਸ਼ਨ ਸੀ। ਮਾਨ ਸਾਹਿਬ ਦੀ ਸਰਕਾਰ ਔਰ ਮਾਨਯੋਗ ਮੁੱਖ ਮੰਤਰੀ ਜੀ, ਆਪਾਂ ਕਹਿ ਸਕਦੇ ਹਾਂ ਵੀ ਜਦੋਂ ਉਹ ਮੁੱਖ ਮੰਤਰੀ ਵੀ ਨਹੀਂ ਸੀਗੇ, ਮੈਂਬਰ ਪਾਰਲੀਮੈਂਟ ਵੀ ਨਹੀਂ ਸੀਗੇ, ਉਹ ਤਾਂ ਵੀ ਉਹ ਪਾਣੀ ਲਈ ਕੰਮ ਕਰ ਰਹੇ ਸੀ। ਮੈਂ ਹੁਣ ਬਤੌਰ ਵਾਟਰ ਸਪਲਾਈ ਮਿਨਿਸਟਰ ਮੁੱਖ ਮੰਤਰੀ ਜੀ ਦੇ ਇੱਕ ਚਰਚਾ ਦੇ ਵਿੱਚ ਗੱਲ ਕੀਤੀ ਵੀ ਇਹ ਜਿਹੜਾ ਇੱਕ ਬੈਲਟ ਹੈਗੀ ਫਜ਼ਿਲਕਾ ਬੈਲਟ, ਉਹਦੇ ਵਿੱਚ ਪਾਣੀ ਦੇ ਹਾਲਾਤ ਬਹੁਤ ਖਰਾਬ ਹੈ, ਲੋਕਾਂ ਨੂੰ ਪਤਾ ਨਹੀਂ ਕਿੱਦਾਂ ਕਿੱਦਾਂ ਦੀਆਂ ਬਿਮਾਰੀਆਂ। ਮੈਂ ਕਿਸੇ ਬਿਮਾਰੀ ਦਾ ਨਾਂ ਨਹੀਂ ਲੈਣਾ ਚਾਹੁੰਦਾ, ਸਿਰਫ ਇੱਕੋ ਕਾਰਨ ਹੈ ਪਾਣੀ ਦੀ ਕੁਆਲਿਟੀ ਠੀਕ ਨਾ ਹੋਣਾ। ਉੱਥੇ ਦੌਰਾ ਕੀਤਾ, ਅਧਿਕਾਰੀਆਂ ਨੂੰ ਨਾਲ ਲੈ ਕੇ ਕੀਤਾ, ਉੱਥੇ ਵਾਟਰ ਪਿਓਰੀਫਾਇਰ ਜਿਹੜੇ ਲੱਗੇ ਉਹ ਬੜੇ ਪੁਰਾਣੇ, ਉਹ ਖਰਾਬ ਹੋ ਚੁੱਕੇ। ਮਾਨਯੋਗ ਮੁੱਖ ਮੰਤਰੀ ਜੀ ਨੇ 2008-09 ਦੇ ਵਿੱਚ, ਜਦੋਂ ਉਹ ਸਿਰਫ ਸੋਸ਼ਲ ਸੇਵਾ ਨਾਲ ਜੁੜੇ ਸੀ, ਇੱਕ ਬਹੁਤ ਪਾਪੂਲਰ ਹਸਤੀ ਸੀਗੇ ਔਰ ਲੋਕ ਉਹਨਾਂ ਕੋਲ ਚਾਹੁੰਦੇ ਸੀਗੇ ਵੀ ਅੱਗੇ, ਉਹਨਾਂ ਨੇ ਆਪਣੇ ਮਨ ਦੇ ਨਾਲ ਉਹਨਾਂ ਇਲਾਕਿਆਂ ਦਾ, ਜਿਸ 'ਚ ਆਪਾਂ ਕਹਿੰਦੇ ਦੋਨਾ ਨਾਨਕਾ ਇੱਦਾਂ ਦੇ ਪਿੰਡ ਜਿਹੜੇ ਫਜ਼ਿਲਕਾ 'ਚ ਪੈਂਦੇ, ਚੱਕ ਰਹੇਲਾ, ਸੋ ਇੱਦਾਂ ਦੇ ਪਿੰਡਾਂ 'ਚ ਆਪਾਂ ਦੌਰਾ ਕਰਕੇ ਆਏ ਹਾਂ ਔਰ ਉੱਥੇ ਜਲਦੀ ਵਾਟਰ ਪਿਓਰੀਫਾਇਰ ਬੜੇ ਕਮਿਊਨਿਟੀ ਵਾਟਰ ਪਿਓਰੀਫਾਇਰ ਜਿਹੜੇ ਕਿ IIT ਮਦਰਾਸ ਦੇ ਸਹਿਯੋਗ ਨਾਲ ਉਹਨਾਂ ਨੂੰ ਉੱਥੋਂ ਆਪਾਂ ਬਹੁਤ ਸਾਰੇ ਕਿਤੇ ਆਪਾਂ ਕਹਿ ਸਕਦੇ ਸੀਗੇ ਯੂਰੇਨੀਅਮ ਸੀਗਾ ਬਹੁਤ ਸਾਰੇ ਇਲਾਕਿਆਂ ਦੇ ਵਿੱਚ, ਫਲੋਰਾਈਡ, ਹੋਰ ਇੱਦਾਂ ਦੇ ਬਹੁਤ ਸਾਰੇ ਤੱਤ ਹੈਗੇ ਆ ਜਿਹੜੇ ਲਗਾ ਮਿਲੇ ਜੀ। ਆਪਾਂ ਉਹਨਾਂ ਨੂੰ ਬਿਲਕੁਲ ਜਨਤਾ ਨੂੰ ਅੱਛੀ ਕੁਆਲਿਟੀ ਦਾ ਪਾਣੀ ਦੇਣ ਦੇ ਲਈ ਸਰਕਾਰ ਵਚਨਬੱਧ ਹੈ। ਇੱਕ ਮੋਗਾ ਜਾਂ ਜੀਰਾ ਦੇ ਏਰੀਏ 'ਚ ਜਿੱਥੇ ਸ਼ਰਾਬ ਦੀ ਫੈਕਟਰੀ ਹੈਗੀ, ਉੱਥੇ ਵੀ ਲੋਕ ਧਰਨਾ ਲਾਈ ਬੈਠੇ, ਉਹ ਕਹਿੰਦੇ ਵੀ ਉੱਥੇ ਪਾਣੀ ਦੇ ਵਿੱਚੋਂ ਜਿਹੜਾ ਮਤਲਬ ਕੈਮੀਕਲ ਨਿਕਲ ਰਿਹਾ। ਦੇਖੋ ਪੁਰਾਣੀਆਂ ਸਰਕਾਰਾਂ ਨੇ ਕਦੀ ਇਨਵਾਇਰਮੈਂਟ ਦੇ ਉੱਤੇ ਔਰ ਪਾਣੀ ਦੀ ਕੁਆਲਿਟੀ ਦੇ ਉੱਤੇ ਕੰਮ ਨਹੀਂ ਕੀਤਾ, ਉਹਨਾਂ ਨੇ ਚੈੱਕ ਪੁਆਇੰਟ ਰੱਖੇ ਹੀ ਨਹੀਂ ਵੀ ਕਿਹੜਾ ਕਿਤੇ ਕੋਈ ਪਾਣੀ ਮਿਕਸ ਤਾਂ ਨਹੀਂ ਹੋ ਰਿਹਾ। ਜਲ ਸਰੋਤ ਦੀ ਤੁਸੀਂ ਗੱਲ ਕੀਤੀ, ਕਸੂਰ ਦੇ ਇਲਾਕੇ 'ਚੋਂ ਪਾਕਿਸਤਾਨ ਦਾ ਗੰਦਾ ਪਾਣੀ ਹੈ, ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਉਹਦੇ ਲਈ ਵੀ ਚਿੰਤਤ ਹੈ, ਕਿਉਂਕਿ ਲੇਕਿਨ ਸਤਲੁਜ ਤੋਂ ਪਾਕਿਸਤਾਨ ਦੇ ਏਰੀਏ 'ਚ ਘੁੰਮ ਕੇ ਆਉਂਦਾ, ਲੇਕਿਨ ਸਰਕਾਰ ਫਿਰ ਵੀ ਦੇਖ ਰਹੀ ਹੈ ਵੀ ਉੱਥੇ ਕੀ ਕੀਤਾ ਜਾ ਸਕਦਾ। ਸਰਕਾਰ ਚਿੰਤਤ ਆ ਔਰ ਮੈਂ ਵੀ ਉੱਥੇ ਦੌਰਾ ਕਰਕੇ ਆਇਆ ਸੀ, ਬਤੌਰ ਜਲ ਸਰੋਤ ਮੰਤਰੀ ਮੈਂ ਉੱਥੇ ਗਿਆ ਸੀ ਔਰ ਸਾਰੇ ਇਲਾਕੇ 'ਚ ਆਪਾਂ ਦੇਖ ਕੇ ਆਏ ਸੀ ਆਪਾਂ ਕੀ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ, ਇਹ ਇੱਕ ਮੰਸ਼ਾ ਹੈ। ਸੋ ਇੱਦਾਂ ਹੀ ਜਿਹੜੀਆਂ ਕੈਮੀਕਲ ਵਾਲੀਆਂ ਫੈਕਟਰੀਆਂ ਸਿੱਟ ਰਹੀਆਂ, ਇਹਨਾਂ ਨੂੰ ਸਰਕਾਰ ਰੋਕੇਗੀ ਔਰ ਜ਼ਰੂਰ ਰੋਕੇਗੀ। ਆਜ਼ਾਦੀ ਦਿਹਾੜਾ ਜਿਹੜਾ ਆ ਰਿਹਾ ਉਹਦੇ 'ਤੇ ਕੀ ਕਹੋਗੇ ਲੋਕ? ਦੇਖੋ ਲੋਕਾਂ ਨੂੰ ਮੈਂ ਇੱਕ ਗੱਲ ਕਰਨਾ, ਆਪਾਂ ਨੂੰ ਬਹੁਤ ਇਮਾਨਦਾਰੀ ਨਾਲ ਦੇਸ਼ ਸੇਵਾ ਵਿੱਚ ਸਮਰਪਿਤ ਹੋ ਕੇ, ਜਿੱਦਾਂ ਸਾਡੇ ਫੌਜ ਦੇ ਸਿਪਾਹੀ ਤਿਰੰਗੇ ਦੀ ਆਨ ਸ਼ਾਨ ਲਈ ਮਰ ਮਿਟਦੇ ਆ, ਉਦਾਂ ਸਾਨੂੰ ਸਮਾਜਿਕ ਤੌਰ ਦੇ ਉੱਤੇ ਸਮਾਜ ਦੇ ਲਈ ਜਿਹੜਾ ਜਿਹੜੀ ਸੇਵਾ 'ਚ ਹੈਗਾ ਉਹਨੂੰ ਸਮਰਪਣ ਭਾਵਨਾ ਨਾਲ ਉਸ ਮਾਲਿਕ ਨੂੰ ਉਸ ਨਾਲ ਹਾਜ਼ਰ ਨਾਜ਼ਰ ਰੱਖ ਕੇ ਆਪਣਾ 100% ਦੇਸ਼ ਨੂੰ, ਦੇਸ਼ ਦੀ ਜਨਤਾ ਲਈ, ਸਮਾਜ ਲਈ ਦੇਣਾ ਚਾਹੀਦਾ। ਧੰਨਵਾਦ ਜੀ ਗਲੋਬਲ ਪੰਜਾਬ ਲਈ ਸਮਾਂ। ਬਹੁਤ ਬਹੁਤ ਸ਼ੁਕਰੀਆ ਔਰ ਮੈਂ ਪੂਰੇ ਦੇਸ਼ ਦੇ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਦਾ, ਭਾਰਤਵਰਸ਼ ਦੇ, ਪੰਜਾਬ ਦੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਔਰ ਮੈਂ ਮੋਹਾਲੀ ਦੇ ਵਿੱਚ ਮੈਨੂੰ ਮੌਕਾ ਮਿਲੇਗਾ ਦਿੱਤਾ ਆਮ ਆਦਮੀ ਪਾਰਟੀ ਸਰਕਾਰ ਨੇ, ਅਤੇ ਮੈਂ ਮੋਹਾਲੀ ਵਾਸੀਆਂ ਨੂੰ ਵੀ ਅੱਜ ਤੁਹਾਡੇ ਥਰੂ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਸੋ ਇਹ ਸੀਗੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਜਿਨ੍ਹਾਂ ਦੇ ਨਾਲ ਵੱਖ ਵੱਖ ਮੁੱਦਿਆਂ 'ਤੇ ਗੱਲਬਾਤ ਕੀਤੀ ਅਤੇ ਖਾਸ ਮੁੱਦਾ ਜਿਹੜਾ ਰਿਹਾ ਉਹ ਇੱਕ ਵਿਧਾਇਕ ਇੱਕ ਪੈਨਸ਼ਨ ਸੀ। ਸੋ ਤੁਸੀਂ ਜੁੜੇ ਰਹੋ ਗਲੋਬਲ ਪੰਜਾਬ ਟੀਵੀ ਨਾਲ, ਮੈਨੂੰ ਦਿਓ ਇਜਾਜ਼ਤ, ਕੈਮਰਾਮੈਨ ਅਮਨ ਦੇ ਨਾਲ ਜਗਜੀਤ ਸਿੰਘ ਪੰਜੋਲੀ, ਧੰਨਵਾਦ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ, ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ, ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।